ਬਾਦਾ ਸਲਾਮ, ਇਹ ਖੁਸ਼ੀ ਦੀ ਮਹਿਫਲ ਮੁਹੰਮਦ ਨੂਰ ਸਕਲੈਨ ਇਹਨਾਂ ਦੀ ਸ਼ਾਦੀ ਦੇ ਸਿਲਸਿਲੇ ਵਿੱਚ ਮੁਨੱਕਦ ਹੋਈ, ਜਿਸ ਨੇ ਖਸੂਸੀ ਕੋਸ਼ਿਸ਼ ਮੋਹਤਰਮ ਦੂਲਾ ਸਾਹਿਬ ਨੇ ਵਾਲਦ ਸ਼ੇਰ ਅਫਜ਼ਲ ਅਵਾਨ ਕਾਦਰੀ ਔਰ ਦੂਲਾ ਸਾਹਿਬ ਨੇ ਦੋਸਤ ਮੁਹੰਮਦ ਉਸਮਾਨ ਔਰ ਤੌਫੀਕ ਅਹਿਮਦ ਸਾਹਿਬ, ਦੂਲਾ ਸਾਹਿਬ ਨੇ ਭਾਈ ਜ਼ੁਲਕਰਨੈਨ ਸਾਹਿਬ, ਸ਼ਮਸਲ ਕੋਨੈਨ ਸਾਹਿਬ, ਕਮਰ ਅਲ ਕੋਨੈਨ ਸਾਹਿਬ, ਮੁਹੰਮਦ ਅਯਾਤ ਅਲ ਕੋਨੈਨ, ਜੁਨੇਦ ਕੁਰੇਸ਼ੀ ਔਰ ਨਦੀਮ ਸਾਹਿਬ, ਇਹਨਾਂ ਦੀ ਚਾਹਤ ਔਰ ਮੁਹੱਬਤ ਔਰ ਖਸੂਸੀ ਕਾਵਿਸ਼ ਅਸਾਂ ਨੇ ਭਾਈ ਮੋਹਤਰਮ ਰਾਜਾ ਨਦੀਮ ਸਾਹਿਬ ਅਡਿਆਲਾ ਰੋਡ ਰਾਵਲਪਿੰਡੀ, ਇਹਨਾਂ ਨਾਲ ਮਾਸਟਰ ਮਮਰੇਜ਼ ਸਾਹਿਬ, ਗੁਲਾਮ ਮੁਰਤਜ਼ਾ ਭੱਟੀ ਸਾਹਿਬ, ਚੌਧਰੀ ਅਖਲਾਕ ਗੁਜਰ ਖਾਨ ਔਰ ਮਲਕ ਅਲਤਾਫ ਸਾਹਿਬ, ਮੇਰੇ ਭਾਈ ਰਾਜਾ ਆਰਸ ਮਹਿਮੂਦ ਔਰ ਰਾਜਾ ਆਸਫ ਮਹਿਮੂਦ ਔਰ ਮੋਹਤਰਮ ਰਾਜਾ ਮਹਿਮੂਦ ਹੁਸੈਨ ਇੰਸਪੈਕਟਰ ਅਲੀ ਡੋਨ ਅਡਿਆਲਾ ਰੋਡ ਔਰ ਰਾਜਾ ਇਫਤਾਜ ਸਾਹਿਬ, ਇਹਨਾਂ ਦੀ ਚਾਹਤ ਔਰ ਮੁਹੱਬਤ ਦੋਸਤੋ, ਅਸਾਂ ਦੀ ਜਿਹੜੀ ਮਹਿਫਲ ਹੈ ਇਹ ਪਠਵਾਰੀ ਪਠਵਾਰੀ ਸ਼ੇਰ ਇਸ ਕੀ ਆਖਿਆ ਜੁਲਨਾ, ਅਸਾਂ ਇਹ ਕੋਸ਼ਿਸ਼ ਕਰਸਾਂ ਜਿਹੜੀ ਗੱਲ ਸੁਣਾਈ ਹੈ ਤੁਸਾਂ ਕਿ ਪਿਆਰ ਔਰ ਮੁਹੱਬਤ ਨਾਲ ਕੋਸ਼ਿਸ਼ ਇਹ ਕਰਸਾਂ ਕਿ ਅਲਫਾਜ਼ ਜਾਂ ਸ਼ੇਰ ਕਲਾਮ ਐਸਾ ਤੁਸਾਂ ਕਿ ਸੁਣਾਈ ਹੈ ਜਿਹੜੇ ਗੱਲ ਤੁਸਾਂ ਕਿ ਵੀ ਸਮਝ ਲਗਾ, ਕਿਉਂਕਿ ਟਕਸਲੇ ਤੱਕ ਹੈ ਆਮ ਅਸਾਂ ਮਹਿਫਲਾਂ ਸੁਣਾਉਣੇ ਰਹਿਣੇ ਉੱਥੇ ਲੋਕ ਕਾਫੀ ਸਮਝਣੇ ਵੀ ਨੂੰ, ਇਹ ਕੋਸ਼ਿਸ਼ ਕਰਸਾਂ ਜਿਹੜੀ ਗੱਲ ਤੁਸਾਂ ਕਿ ਸੁਣਾਈ ਹੈ ਪਿਆਰ ਔਰ ਮੁਹੱਬਤ ਲਈ ਹੋਵੇ ਔਰ ਤੁਸਾਂ ਕੀ ਬਖੂਬੀ ਸਮਝ ਵੀ ਲਵੇ। ਅਸਾਂ ਦੀ ਮਹਿਫਲ ਦੀ ਤਰਤੀਬ ਇਸ ਤਰ੍ਹਾਂ ਹੋਣੀ, ਥੋੜ੍ਹਾ ਜਿਹਾ ਸਾਜ਼ ਤੁਸਾਂ ਕੀ ਦੋਸਤ ਸਨਾਸਣ ਪਟਵਾਰੀ, ਇਸਨੇ ਤੋਂ ਬਾਅਦ ਤੁਸਾਂ ਕੀ ਹਮਦੇ ਬਾਰੀ ਤਾਲਾ ਨਾਤ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਸੈਫੁਲ ਮਲੂਕ ਨੇ ਰੰਗ ਵਿੱਚ ਲਿਖਿਆ ਆ ਕਲਾਮ ਮੀਆਂ ਮੁਹੰਮਦ ਬਖਸ਼ ਰਹਿਮਤੁਲਾਹ ਅਲੈਹ ਸਰਕਾਰ ਨਾ, ਫਿਰ ਜਿਹੜੀ ਜਿਹੜੀ ਗੱਲ ਤੁਸਾਂ ਕੀ ਪਸੰਦ ਹੋ ਸੀ ਇਨਸ਼ਾਅੱਲਾ ਉਹ ਗੱਲ ਵੀ ਅਸਾਂ ਤੁਸਾਂ ਨੇ ਪੇਸ਼ੇ ਖਿਦਮਤ ਕਰਸਾਂ। ਮੁਖਤਸਰ ਗੱਲ, ਟਾਈਮ ਕਾਫੀ ਸਾਰਾ ਗੁਜ਼ਰ ਚੁੱਕਿਆ, ਤੁਸਾਂ ਦੋਸਤਾਂ ਤੇ ਇਹੀ ਤਵੱਕੋ ਰੱਖਸਾਂ ਜਿਹੜੀ ਗੱਲ ਸੁਣ ਸੋ ਪਿਆਰ ਨਾਲ ਮੁਹੱਬਤ ਨਾਲ ਔਰ ਸਕੂਨ ਨਾਲ, ਕਿਉਂਕਿ ਕੋਈ ਵੀ ਐਸੀ ਮਹਿਫਲ ਹੈ ਸੁਣਾਉਣਾ ਨਾ ਮਜ਼ਾ ਤਾਂ ਪਾਉਣਾ ਕਿ ਤੁਸਾਂ ਸੁਣਨ ਵਾਲੇ ਸਾਥ ਦੇ ਸੋ। ਇੱਕ ਦਫ਼ਾ ਆਕਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨਾ ਕਲਮਾ ਪੜ੍ਹੋ ਤਾਂ ਕਿ ਮਹਿਫਲ ਨਾ ਬਾਕਾਇਦਾ ਆਗਾਜ਼ ਕੀਤਾ ਜਾਏ ਬਿਸਮਿਲ੍ਲਾ ਰਹਿਮਾਨ ਰਹੀਮ ਲਾ ਇਲਾਹਾ ਇਲੱਲਾ ਮੁਹੰਮਦ ਰਸੂਲਲਾ, ਥੋੜ੍ਹਾ ਜਿਹਾ ਪਟਵਾਰੀ ਸਾਜ਼ ਤੁਸਾਂ ਕੀ ਦੋਸਤ ਸੁਣਾ ਸਨ, ਫਿਰ ਇਸਨੇ ਤੋਂ ਬਾਅਦ ਜਿਸ ਤਰ੍ਹਾਂ ਮੈਂ ਮਹਿਫਲ ਦੀ ਤਰਤੀਬ ਤੁਸਾਂ ਕੀ ਦੱਸੀ ਇਨਸ਼ਾਅੱਲਾ ਇਸੇ ਤਰ੍ਹਾਂ ਮਹਿਫਲ ਪੇਸ਼ ਕੀਤੀ ਜਾਸੀ। ਬਿਸਮਿਲ੍ਲਾ ਜੀ
ਤੁਸਾਂ ਨੇ ਪੇਸ਼ ਕੀਤਾ ਜਾ ਸੀ। ਮੈਂ ਆਪਣਾ ਤਾਰਫ ਵੀ ਤੁਸਾਂ ਕਰਾ ਸਕਾਂ, ਬੰਦਾ ਨਚੀਜ਼ ਮਲਕ ਸਾਕੋ ਮਹਿਮੂਦ ਰਾਵਲਪਿੰਡੀ ਨਾਲ ਤਲਕ ਹੈ, ਔਰ ਨਾਲ ਨੇ ਸ਼ੇਰਫਾਨ ਹੁਣ ਜਿਹੜੇ ਚੌਧਰੀ ਖਾਵਰ ਸਾਹਿਬ, ਇਹਨਾਂ ਨਾਲ ਵੀ ਤਲਕ ਅਡਿਆਲਾ ਰੋਡ ਰਾਵਲਪਿੰਡੀ ਨਾਲ ਹੈ। ਅਸਾਂ ਦੋਵੇਂ ਬੰਦੇ ਕੋਸ਼ਿਸ਼ ਕਰ ਸਕੇ ਪਿਆਰ ਔਰ ਮੁਹੱਬਤ ਨਾਲ ਤੁਸਾਂ ਕੀ ਗੱਲਾਂ ਸੁਣਾਈ ਹੈ। ਇਬਤਦਾਏ ਮਹਿਫਲ ਵਿੱਚ ਅੱਲਾਹ ਪਾਕ ਦੀ ਬਾਰਗਾਹ ਵਿੱਚ ਇੱਕ ਅਰਜ਼ੂ ਕੀਤੀ, ਬਈ ਕਿਹੜੀ ਅਰਜ਼ੂ? ਲਿਖਦਾ ਅਦਬ ਨਾਲ ਬੈਠੋ ਮਿਹਰਬਾਨ ਪਾਈਓ, ਅਦਬ ਨਾਲ ਬੈਠੋ ਮਿਹਰਬਾਨ ਪਾਈਓ, ਉਹ ਮਹਿਫਲ ਸਨਾਲ ਦਿਲ ਤੋਂ ਏ ਏ ਆ
ਲਿਖਦਾ ਏ ਜ਼ਿਕਰ ਅੱਲਾ ਤੋਂ ਮਹਿਫਲ ਆਗਾਜ਼ ਹੋਇਆ, ਜ਼ਿਕਰ ਅੱਲਾ ਤੋਂ ਮਹਿਫਲ ਆਗਾਜ਼ ਹੋਇਆ, ਤਾਂ ਕਿ ਮਹਿਫਲ ਵਿੱਚ ਰਹਿਮਤ ਨਜ਼ੂਲ ਹੋਵੇ, ਰਹਿਮਤ ਰੱਬ ਦੀ ਬਰਸੇ ਏ ਜੋਸ਼ ਅੰਦਰ, ਮਹਿਫਲ ਪਾਕ ਵਿੱਚ ਬਹਿਣਾ ਕਬੂਲ ਹੋਵੇ, ਬਿਰਦੇ ਪਾਕ ਦਰੋਦ ਦਾ ਕਰੋ ਸਾਰੇ, ਪੱਕਾ ਦੀਨ ਇਮਾਨ ਅਸੂਲ ਹੋਵੇ, ਇਹ ਪੜੋ ਕਲਮਾ ਮੈਦਾਨ ਕਰਨਾ, ਪੱਲਾ ਮੇਰੇ ਗੁਨਾਹਾਂ ਦਾ ਬੜਾ ਭਾਰੀ, ਇਸ ਨੂੰ ਅਲਕਾ ਤੂੰ ਉੱਤੇ ਮਿਜ਼ਾਨ ਕਰਨਾ, ਬਈ ਪੱਲਾ ਮੇਰੇ ਗੁਨਾਹਾਂ ਦਾ ਬੜਾ ਭਾਰੀ, ਇਸ ਨੂੰ ਅਲਕਾ ਤੂੰ ਉੱਤੇ ਮਿਜ਼ਾਨ ਕਰਨਾ, ਇਹ ਗਿੱਠੜੀ ਮੇਰੇ ਅਮਲਾਂ ਦੀ ਖੋਲਣਾ ਨਾ, ਮੇਰਾ ਖਾਤਮਾ ਉੱਤੇ ਇਮਾਨ ਕਰਨਾ, ਤੇ ਵਕਤ ਹੋਏ ਨਾ ਦੇ ਸ਼ਾਇਦ ਦੀ ਇੱਕੋ ਅਸਰ, ਆ
ਵਰਗੋ ਬਰਤਰ ਨਹੀਂ ਜਿਹੜਾ ਕੁੱਲ ਨਾ ਪਾਲਣ ਹਾਰ ਹੈ, ਕੁੱਲ ਨਾ ਰੋਜ਼ੀ ਰਜ਼ਾਕ ਹੈ। ਅੱਲਾ ਪਾਕ ਨੇ ਗਫੂਰ ਰਹੀਮ ਜ਼ਾਤ ਜਿਹੜੀ ਜ਼ਾਤ ਆਪਣਾ ਕਰਮ ਵੀ ਕਰਨੀ ਅਸਾਂ ਗੁਨਾਹਗਾਰਾਂ ਉੱਤੇ ਵੀ ਔਰ ਪਰਹੇਜ਼ਗਾਰਾਂ ਉੱਤੇ ਵੀ। ਜਿਸ ਵਕਤ ਵੀ ਕੋਈ ਬੰਦਾ ਹੈ ਅੱਜ ਆਪਣੀ ਜਾਇਜ਼ ਖੁਆਇਸ਼ ਲੈ ਕੇ ਉਸ ਮਾਲਕ ਨੇ ਹਜ਼ੂਰ ਹਾਜ਼ਰ ਹੋਣਾ, ਅੱਲਾ ਪਾਕ ਨੇ ਗਫੂਰ ਰਹੀਮ ਜ਼ਾਤ ਜਿਹੜੀ ਜ਼ਾਤ ਇਨਸਾਨ ਦੀ ਜਾਇਜ਼ ਖੁਆਇਸ਼ ਪੂਰੀ ਫਰਮਾਣੇ। ਇਲਤਜਾ ਕੀਤੀ ਉਸ ਮਾਲਕ ਨੇ ਹਜ਼ੂਰ ਕਿ ਤੂੰ ਨਾ ਸੁਣੇਗਾ, ਸੁਣੇਗਾ ਕੌਣ ਕੋਈ ਸਾਰੀ ਦਿਲੇ ਬੇਤਾਬ ਦੀ ਅੱਜ ਰੱਬਾ ਤੰਗ ਤੈਨੂੰ, ਤੰਗ ਤੈਨੂੰ ਤੇ ਸੁਣਨ ਦਾ ਆਵਦਾ ਏ ਮੈਨੂੰ ਨਈਆ ਸੁਣਾਉਣ ਦਾ ਚੱਜ ਰੱਬਾ। ਫਿਰ ਕਿਹੜੀ ਗੱਲ, ਇੱਕ ਤੇਰੀ ਕਰੀਮੀ ਏ ਹੱਥ ਸਾਡੇ ਰੱਖ ਲੈਂਦੀ ਗੁਨਾਹਗਾਰਾਂ ਦੀ ਲੱਜ ਰੱਬਾ ਉਹ ਦੱਸਦੇ ਕੀ ਜੇ ਕਰੇ ਤੂੰ ਮਿਹਰਬਾਨਾ ਬਾਰੀ ਤਾਲਾ।
ਤੁਸਾਂ ਦੋਸਤਾਂ ਨੇ ਗੋਸ਼ੋ ਗਜ਼ਾਰ ਕੀਤੀ ਗਈ। ਇਸ ਨੇ ਤੋਂ ਬਾਅਦ ਦੋ ਚਾਰ ਗੱਲਾਂ ਨਾਤ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਤਾਰੀਫ ਸੋਹਣੇ ਨਬੀ ਨੇ ਜਿਸ ਨਬੀ ਨੇ ਉਮਤੀ ਹੋਣ ਦੀ ਖੁਆਇਸ਼ ਕਮੋ ਬੇਸ਼ 1,24,000 ਪੈਗੰਬਰਾਂ ਵੀ ਕੀਤੀ। ਕੀ ਮੁਹੰਮਦ ਸੇ ਵਫਾਤ ਹੋਨੇ, ਕੀ ਮੁਹੰਮਦ ਸੇ ਵਫਾਤ ਹੋਨੇ ਤੋ ਹਮ ਤੇਰੇ ਹੈ, ਇਹ ਜਹਾਂ ਚੀਜ਼ ਹੈ ਕਿਆ ਲੋਹੋ ਕਲਮ ਵੀ ਤੇਰੇ ਹੈ। ਮੈਂ ਫਕਤ ਖਾਕ ਹੂੰ ਮਗਰ ਮੁਹੰਮਦ ਸੇ ਹੈ ਨਿਸਬਤ ਮੇਰੀ, ਯਹੀ ਇੱਕ ਰਿਸ਼ਤਾ ਹੈ ਜੋ ਮੇਰੀ ਔਕਾਤ ਬਦਲ ਦੇਤਾ ਹੈ। ਆਈ ਨੀ ਮਹਿਫਲ ਨੇ ਚੀਫ ਗੈਸਟ ਦੁਲਾ ਮੁਹੰਮਦ ਨੂਰ ਸਕਲੈਨ ਔਰ ਮਹਿਫਲ ਨੇ ਬਾਨੀ ਬਾਨੀ ਸ਼ੇਰ ਅਫਜ਼ਲ ਅਵਾਨ ਕਾਦਰੀ ਸਾਹਿਬ ਦੁਲਾ ਸਾਹਿਬ ਨੇ ਦੋਸਤ ਮੁਹੰਮਦ ਉਸਮਾਨ ਤੌਫੀਕ ਅਹਿਮਦ ਜ਼ੁਲਕਰਨੈਨ ਸ਼ਮਸਲ ਕੋਨੈਨ ਕਮਰ ਅਲ ਕੋਨੈਨ ਮੁਹੰਮਦ ਅਯਾਤ ਅਲ ਕੋਨੈਨ ਜੁਨੇਦ ਕ੍ਰੇਸ਼ੀ ਨਦੀਮ ਸਾਹਿਬ ਆਈਨੀ ਮਹਿਫਲ ਵਿੱਚ ਮਹਿਮਾਨ ਸਾਥੀ ਮਾਸਟਰ ਮੁਮਰੇਜ਼ ਸਾਹਿਬ ਗੁਲਾਮ ਮੁਰਤਜ਼ਾ ਭੱਟੀ ਸਾਹਿਬ ਚੌਧਰੀ ਫਲਾਕ ਸਾਹਿਬ ਗੁਜਰ ਖਾਨ ਅਲ ਤਲਕ ਮਲਕ ਅਲਤਾਫ ਸਾਹਿਬ ਅਸਾਂ ਆਪਣੀ ਤਰਫੋਂ ਵੀ ਇੰਤਜ਼ਾਮੀਆ ਨੇ ਦੁਲਾ ਸਾਹਿਬ ਦੀ ਤਰਫੋਂ ਇਹਨਾਂ ਕੀ ਖੁਸ਼ ਆਮਦੀਦ ਆਖਣੇ ਆ ਮਹਿਫਲ ਵਿੱਚ ਤਸ਼ਰੀਫ ਫਰਮਾਵੇ। ਮੋਹਤਰਮ ਔਰ ਨਾਲ ਚਾਚ ਸ਼ਾਮਿਲ ਕਰਸਾਂ ਰਾਜਾ ਨਦੀਮ ਸਾਹਿਬ ਅਡਿਆਲਾ ਰੋਣ ਤਲਕ ਮੇਰੇ ਭਾਈ ਰਾਜਾ ਅਨਸ ਮਹਿਮੂਦ ਸਾਹਿਬ ਰਾਜਾ ਆਸਿਫ ਮਹਿਮੂਦ ਸਾਹਿਬ ਔਰ ਮੋਹਤਰਮ ਰਾਜਾ ਮਹਿਮੂਦ ਹੁਸੈਨ ਇੰਸਪੈਕਟਰ ਅਲੀ ਟਾਊਨ ਅਡਿਆਲਾ ਰੋਡ ਰਾਜਾ ਅਫਤਾਜ ਸਾਹਿਬ ਖਸੂਸਨ ਬਿਲਖਸੂਸ ਰਾਜਾ ਨਦੀਮ ਸਾਹਿਬ ਰਾਜਾ ਅਨਸ ਮਹਿਮੂਦ ਸਾਹਿਬ ਮਾਸਟਰ ਮੁਮਰੇਜ਼ ਸਾਹਿਬ ਗੁਲਾਮ ਮੁਰਤਜ਼ਾ ਭੱਟੀ ਸਾਹਿਬ ਚੌਧਰੀ ਖਲਾਕ ਗੁਜਰ ਖਾਨ ਤਲਕ ਔਰ ਮਲਕ ਅਲਤਾਫ ਸਾਹਿਬ ਦੁਲਾ ਮੁਹੰਮਦ ਨੂਰ ਸਕਲੈਨ ਔਰ ਇਹਨਾਂ ਨਾਲ ਜਿਤਨੇ ਦੀਗਰ ਇੰਤਜ਼ਾਮੀਆ ਨੇ ਦੋਸਤ ਬਾਬਣ ਨਾਤ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਮੈਂ ਫਕਤ ਖਾਕ ਹੂੰ ਮਗਰ ਮੁਹੰਮਦ ਸੇ ਹੈ ਨਿਸਬਤ ਮੇਰੀ, ਯਹੀ ਇੱਕ ਰਿਸ਼ਤਾ ਹੈ ਜੋ ਮੇਰੀ ਔਕਾਤ ਬਦਲ ਦੇਤਾ ਹੈ। ਆਖਿਆ ਕਿ ਕਿਆਮਤ ਨਾ ਵਕਤ ਹੋਸੀ ਨਫਸਾ ਨਫਸੀ ਨਾ ਆਲਮ ਹੋਸੀ, ਹਰ ਇੱਕ ਬੰਦੇ ਕੀ ਆਪਣੀ ਆਪਣੀ ਪਈ ਹੋਸੀ, ਲੇਕਿਨ ਇਸ ਦੁਨੀਆ ਵਿੱਚ ਜਿਨ੍ਹਾਂ ਹਜ਼ੂਰ ਤਾਜਦਾਰੇ ਮਦੀਨਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨਾ ਕਲਮਾ ਸਿਦਕੇ ਦਿਲ ਨਾਲ ਪੜਿਆ ਹੋਸੀ, ਉਹ ਜੰਨਤ ਨੇ ਅਗਦਾਰ ਠਹਿਰਾਇਆ ਜਾ ਸਕਦਾ। ਸ਼ਾਇਰ ਦੀ ਕਲਮ ਉਹਦੀ ਕਿਹੜੀ ਗੱਲ ਤਾਰੀਫ ਕੀਤੀ, ਮੁਨਕਰਾਂ ਮੁਸ਼ਰਿਕਾਂ ਕਾਫਰਾਂ ਦੀਆਂ ਤੇ ਬਲ
ਕੋਈ ਮੈਸ਼ਰ ਬਸਿਆ ਕਾ ਅਮਰੇ ਮੌਸਮ ਬੇਖਾਤਰ ਮੁਨਕਰਾ ਮੁਸ਼ਰਕਾ ਕਾਫਰਾਂ ਦੀ ਬਲਦੇ ਦੌਜ਼ਖ ਵਿੱਚ ਤੇ ਰੰਗਾਰੇ ਹੋ ਸਨ ਸਾਰੇ ਨਬੀ ਜਾਵੇਦ ਮੌਜੂਦ ਲੇਕਨ ਸ਼ਾਫਾ ਮੈਸ਼ਰ ਬਸਾ ਕਾ ਅਮਰੇ ਹੋ ਸਨ ਉਸ ਸੋਹਣੇ ਕਮਲੀ ਵਾਲੇ ਨੇ ਤਾਰੀਫ ਵਿੱਚ ਸ਼ਾਇਰ ਦੀ ਕਲਮ ਉੱਠੀ ਤਾਂ ਕਿਹੜੀ ਗੱਲ ਤਹਿਰੀਰ ਕੀਤੀ ਉਹ ਕਮਲੀ ਵਾਲੇ ਦੇ ਪਾਕ ਦਰੇ ਪਾਰ ਕੁੱਤੇ ਵਾ ਕਮਲੀ ਵਾਲੇ ਦੇ ਪਾਕ ਦਰੇ ਪਾਰ ਕੁੱਤੇ ਵਾ ਕਮਲੀ ਵਾਲੇ ਦੇ ਪਾਕ ਦਰੇ ਪਾਰ ਕੁੱਤੇ ਵਾ ਬਣ ਕੇ ਹਾਥੇ ਖਲੋਈਏ ਤਾਂ ਕੱਲ ਬਣਦੀ ਵਾ ਬਣ ਕੇ ਹਾਥੇ ਖਲੋਈਏ ਤਾਂ ਕੱਲ ਬਣਦੀ ਵਾ ਲਾਗੇ ਰੋਜ਼ਾ ਮੁਕੱਦਸ ਦੀ ਨਾ ਜਾਲੀ ਵਾ ਲਾਗੇ ਰੋਜ਼ਾ ਮੁਕੱਦਸ ਦੀ ਨਾ ਜਾਲੀ ਵਾ ਲਗਾ ਤਾਰੀ ਕੇ ਰੋਈਏ ਤਾਂ ਕੱਲ ਬਣਦੀ ਵਾ ਰੋਜ਼ੇ ਆਈ ਗੁਨਾਵਾਂ ਦੇ ਨਾਲ ਅਸ਼ਕਾਵਾਂ ਹੋ ਕੇ ਨਾ ਦਮੀ ਜੇ ਤੋਈਏ ਤਾਂ ਕੱਲ ਬਣਦੀ ਵਾ ਹੋ ਕੇ ਨਾ ਦਮੀ ਜੇ ਤੋਈਏ ਤਾਂ ਕੱਲ ਬਣਦੀ ਵਾ
ਜਦੋਂ ਰੋਜ਼ਾ ਤਸਵਰ ਵਿੱਚ ਆ ਜਾਂਦਾ ਹੋ ਤੇ ਬੁਰੇ ਅੱਖਾਂ ਦੇ ਅਦਬ ਨਾਲ ਫੇਰ ਲੈਣਾ ਯਾਦਾਂ ਜਿਉਂ ਜੇ ਦਰਦ ਵੀ ਦਿੰਦੀਆਂ ਨੇ ਤੇ ਮੈਂ ਉਹਨਾਂ ਵਿੱਚੋਂ ਕੈਫੇ ਉਹ ਖੇਡ ਲੈਣਾ ਫੇਰ ਕਿਹੜੀ ਗੱਲ ਤੇ ਨਿਸਬਤ ਪਾਕ ਮੁਹੰਮਦ ਦੂਜਾ ਸਦਕੇ ਦਰਦ ਕਿੰਨੇ ਵੀ ਔੜ ਨਬੇੜ ਲੈਣਾ ਨਾਦਰ ਜਦੋਂ ਸਕੂਨ ਦੀ ਲੋੜ ਆਵੇ ਤੇ ਮੈਂ ਗੱਲ ਅਧੂਰ ਦੇ ਛੇੜ ਲੈਣਾ ਦੁਨੀਆਦਾਰ ਬੰਦਾ ਜਿਹੜਾ ਹੋਣਾ ਨਾ ਕੋਠੀ ਕਾਰ ਮੰਗਣਾ ਬੈਂਕ ਪੈਲਸ ਮੰਗਣਾ ਲੇਕਿਨ ਰਿਕੁਐਸਟ ਹੋਰ ਕਰਸਾਂ ਦੌਰਾਨੇ ਮੈਂ ਆਪਣੇ ਅਗਰ ਫੈਰਨ ਤੋਂ ਥੋੜ੍ਹਾ ਜਿਹਾ ਪ੍ਰੇਸ ਕਰ ਸਕਦਾ ਤੋ ਅਸਾਂ ਸੋਹਣੇ ਨਬੀ ਦੀ ਨਾਤ ਤੇ ਬਿਆਨ ਕਰਨੇ ਹਾਂ ਇਸਨੇ ਵਿੱਚ ਕੋਈ ਅੱਛੀ ਗੱਲ ਨਹੀਂ ਹੈ ਦੁਨੀਆਦਾਰ ਬੰਦਾ ਹੋਣਾ ਨਾ ਕੋਠੀ ਕਾਰ ਮੰਗਣਾ ਬੈਂਕ ਬੈਲੈਂਸ ਮੰਗਣਾ ਹਜ਼ੂਰ ਨਾ ਦੀਵਾਨਾ ਕਿਹੜੀ ਇਲਤਜਾ ਕਰਨਾ ਨਾ ਮੈਂ ਤਖ਼ਤ ਮੰਗਾ ਨਾ ਮੈਂ ਤਾਜ ਮੰਗਾ ਨਾ ਮੈਂ ਤਖ਼ਤ ਮੰਗਾ ਨਾ ਮੈਂ ਤਾਜ ਮੰਗਾ ਨਾ ਮੈਂ ਮੰਗਦੀਆਂ ਮੈਨੂੰ ਸਾਰੇ ਦੇ ਮੈਂ ਬੇਪਰੀ ਨਕਮੀਆਂ ਖਰੀ ਕੋਈ ਨਾ ਉੱਡਣ ਵਾਸਤੇ ਸਾਇਆ ਮੈਨੂੰ ਪਰ ਦੇ ਦੇ ਫਿਰ ਕੀ ਗੱਲ ਤੈਂ ਉੱਡ ਕੇ ਪਹੁੰਚਾ ਜਾ ਕੇ ਵਿੱਚ ਕਦਮਾ ਐਸੇ ਵਕਤ ਸਾਇਆ ਵਕਤਾ ਵਾਰ ਦੇ ਦੇ ਰੋਜ਼ ਵੇਖਦੀ ਰਹਾਂ ਸਰਦਾਰ ਤੈਨੂੰ ਮੈਨੂੰ ਵਿੱਚ ਮਦੀਨੇ ਦੇ ਘਰ ਦੇ ਬਈ ਰੋਜ਼ ਵੇਖਦੀ ਰਹਾਂ ਸਰਦਾਰ ਤੈਨੂੰ ਮੈਨੂੰ ਵਿੱਚ ਮਦੀਨੇ ਦੇ ਘਰ ਦੇ ਦੇ ਉਹ ਸੋਹਣੇ ਕਮਲੀ ਲੈ ਨੇ ਤਾਰੀਫ ਸ਼ਾਇਰ ਨਿਕਲ ਮੁੱਠੀ ਦੇ ਕਿਹੜੀ ਗੱਲ ਤਾਰੀਫ ਕੀਤੀ ਰੱਬ ਦੇ ਹਬੀਬਾ ਸਾਰੇ ਜੱਗ ਦੇ ਆ ਡੋਲਣਾ ਰੱਬ ਦੇ ਹਬੀਬਾ ਸਾਰੇ ਜੱਗ ਦੇ ਆ ਡੋਲਣਾ ਤੇਰੇ ਜਿਹਾ ਮਿੱਠਾ ਮਿੱਠਾ ਕਿਸੇ ਵੀ ਨੇ ਬੋਲਣਾ ਮੇਰੇ
ਜਨਾਬ ਨੇ ਚੰਦ ਕੇ ਬੋਲ ਮੈਂ ਸਾਰਿਆਂ ਦੋਸਤਾਂ ਬਾਬਾ ਨੇ ਪੇਸ਼ ਨਜ਼ਰ ਕਰਨਾ ਖਸੂਸਾਂ ਦਾ ਖਸੂਸ ਮਹਿਮਾਨ ਖਸੂਸੀ ਅਜ਼ਾਮ ਤਸ਼ਰੀ ਫਰਮਾ ਇਹਨਾਂ ਸਾਰਿਆਂ ਦੋਸਤਾਂ ਪਰ ਦੀ ਪੇਸ਼ ਨਜ਼ਰ ਔਰ ਜਿਤਨੇ ਸਮੇਂ ਤੁਸੀਂ ਬੈਠੇ ਹੋ ਸਾਰਿਆਂ ਦੀ ਪੇਸ਼ ਨਜ਼ਰ ਮੇਰਾ ਸੋਹਣਾ ਗੱਲ ਕੀ ਹਜ਼ੀ